ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਚੰਡੀਗੜ੍ਹ ਵਿਚਲੀ ਸਰਕਾਰੀ ਰਿਹਾਇਸ਼ ਦੇ ਬਾਹਰ ਅਧਿਆਪਕ ਪ੍ਰਦਰਸ਼ਨ ਕਰ ਰਹੇ ਨੇ। ਪਿੱਛੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਇਹ ETT ਅਧਿਆਪਕ ਨੇ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਔਰ ਇਹਨਾਂ ਅਧਿਆਪਕਾਂ ਨੂੰ ਇੱਥੋਂ ਪੁਲਿਸ ਹਿਰਾਸਤ ਦੇ ਵਿੱਚ ਲੈ ਰਹੀ ਹੈ। ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ। ਇਸ ਤੋਂ ਪਹਿਲਾਂ ਜਿਹੜੇ ਪੁਰਸ਼ ਅਧਿਆਪਕ ਸੀ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਔਰ ਹੁਣ ਜਿਹੜੀਆਂ ਮਹਿਲਾ ਅਧਿਆਪਕ ਨੇ ਉਹਨਾਂ ਨੂੰ ਇੱਥੋਂ ਹਿਰਾਸਤ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਮੁੱਖ ਦਰਵਾਜ਼ੇ ਦੇ ਅੱਗੇ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਇਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਪਹਿਲਾਂ ਗੱਲਬਾਤ ਕੀਤੀ ਗਈ ਪਰ ਇਹਨਾਂ ਨੇ ਸਾਫ਼ ਕਰ ਦਿੱਤਾ ਕਿ ਜਿੰਨੀ ਦੇਰ ਤੱਕ ਸਾਡੀ ਮੰਤਰੀ ਦੇ ਨਾਲ ਮੁਲਾਕਾਤ ਨਹੀਂ ਹੁੰਦੀ ਅਸੀਂ ਇੱਥੋਂ ਨਹੀਂ ਹਟਾਂਗੀਆਂ, ਅਸੀਂ ਇੱਥੋਂ ਨਹੀਂ ਜਾਵਾਂਗੇ। ਉਸ ਤੋਂ ਬਾਅਦ ਪੁਲਿਸ ਨੇ ਜਿਹੜੇ ਮਹਿਲਾ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਬੁਲਾਇਆ ਔਰ ਹਿਰਾਸਤ ਦੇ ਵਿੱਚ ਲੈਣ ਦਾ ਪ੍ਰੋਸੈਸ ਆ ਜਿਹੜਾ ਸ਼ੁਰੂ ਕਰ ਦਿੱਤਾ। ਹਾਲਾਂਕਿ ਵਜੇਦ ਨੇ ਅਧਿਆਪਕ ਕਿ ਅਸੀਂ ਇੱਥੋਂ ਨਹੀਂ ਹਟਾਂਗੀਆਂ, ਕਈਆਂ ਦੇ ਬੱਚੇ ਨਾਲ ਨੇ, ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ, ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਤਸਵੀਰਾਂ ਤੁਹਾਡੇ ਸਾਹਮਣੇ, ਕਈ ਮਹਿਲਾ ਅਧਿਆਪਕਾਂ ਦੇ ਬੱਚੇ ਨਾਲ ਨੇ, ਛੋਟੇ ਛੋਟੇ ਬੱਚੇ ਨਾਲ ਨੇ ਔਰ ਉਸੇ ਤਰ੍ਹਾਂ ਪ੍ਰਦਰਸ਼ਨ ਹੈ ਜਿਹੜਾ ਉਹ ਇੱਥੇ ਚੱਲ ਰਿਹਾ, ਜਦੋਂ ਜਿਹਾ ਚੱਲ ਰਹੀ ਹੈ, ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਧਿਆਪਕਾਂ ਨੇ ਸਾਫ਼ ਕਰ ਦਿੱਤਾ ਕਿ ਅਸੀਂ ਨਹੀਂ ਇੱਥੋਂ ਹਟਾਂਗੀਆਂ। ਪਰ ਚੰਡੀਗੜ੍ਹ ਪੁਲਿਸ ਨੇ ਸਾਫ਼ ਕੀਤਾ ਹੈ ਕਿ ਤੁਹਾਡੀ ਫਿਲਹਾਲ ਮੁਲਾਕਾਤ ਦਾ ਸਮਾਂ ਜਿਹੜਾ ਨਹੀਂ ਦਿੱਤਾ ਗਿਆ ਤਾਂ ਤੁਹਾਡੀ ਮੁਲਾਕਾਤ ਨਹੀਂ ਹੋ ਸਕਦੀ, ਇਸ ਲਈ ਤੁਹਾਨੂੰ ਇੱਥੋਂ ਹਟਣਾ ਹੋ ਗਿਆ। ਇੱਕ ਇੱਕ ਕਰਕੇ ਇੱਥੋਂ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ, ਕੁਝ ਅਧਿਆਪਕਾਂ ਨੂੰ ਬੱਸ ਦੇ ਵਿੱਚ ਬਿਠਾ ਦਿੱਤਾ ਗਿਆ, ਬਾਕੀ ਇੱਥੇ ਪ੍ਰਦਰਸ਼ਨ ਕਰ ਰਹੇ ਨੇ, ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ। ਲਗਾਤਾਰ ਕੋਸ਼ਿਸ਼ ਦੋਨਾਂ ਧਿਰਾਂ ਦੇ ਵੱਲੋਂ, ਪੁਲਿਸ ਇਹਨਾਂ ਨੂੰ ਹਟਾਉਣਾ ਚਾਹੁੰਦੀ ਹੈ ਪਰ ਇਹ ਅਧਿਆਪਕ ਵਜਦ ਨੇ ਕਿ ਅਸੀਂ ਇੱਥੋਂ ਨਹੀਂ ਹਟਣਾ ਤਾਂ ਇੱਕ ਇੱਕ ਕਰਕੇ ਇਹਨਾਂ ਨੂੰ ਇੱਥੋਂ ਲਿਜਾਇਆ ਜਾ ਰਿਹਾ। ਪੁਲਿਸ ਨੇ ਸਖ਼ਤੀ ਦਿਖਾਈ ਹੈ, ਬਲ ਪ੍ਰਯੋਗ ਕੀਤਾ, ਇਹਨਾਂ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਜਿਹੜਾ ਉਹ ਸ਼ੁਰੂ ਕੀਤਾ। ਇਹਨਾਂ ਦੀਆਂ ਮੰਗਾਂ ਨੇ ਤਨਖਾਹ ਦੇ ਵਿੱਚ ਵਾਧਾ ਕਰਨ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਔਰ ਇਸੇ ਮੰਗ ਨੂੰ ਲੈ ਕੇ ਇਹ ਅਧਿਆਪਕ ਜਿਹੜੇ ਨੇ ਉਹ ਪ੍ਰਦਰਸ਼ਨ ਕਰ ਰਹੇ ਨੇ। ਤਸਵੀਰਾਂ ਤੁਹਾਡੇ ਸਾਹਮਣੇ ਨੇ, ਇੱਕ ਇੱਕ ਕਰਕੇ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਇਹਨਾਂ ਮਹਿਲਾ ਅਧਿਆਪਕਾਂ ਨੂੰ ਪਰ ਇਹ ਵਜਦ ਨੇ ਕਿ ਅਸੀਂ ਇੱਥੋਂ ਨਹੀਂ ਹਟਣਾ। ਇਹ ਤਸਵੀਰਾਂ ਤੁਹਾਡੇ ਸਾਹਮਣੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਘਰ ਦੇ ਬਾਹਰ ਜਿਸ ਤਰ੍ਹਾਂ ਪ੍ਰਦਰਸ਼ਨ ਹੈ ਜਿਹੜਾ ਕੀਤਾ ਜਾ ਰਿਹਾ ਔਰ ਅਧਿਆਪਕਾਂ ਨੂੰ ਹਿਰਾਸਤ ਦੇ ਵਿੱਚ ਲੈਣ ਦੀ ਜਿਹੜੀ ਕਾਰਵਾਈ ਆ ਉਹ ਚੱਲ ਰਹੀ ਹੈ। ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਇੱਥੇ ਮੌਜੂਦ ਹੈ ਕਿਉਂਕਿ ਜਿਹੜੇ ਆਦਮੀ ਮੁਲਾਜ਼ਮ ਸੀ ਉਹਨਾਂ ਨੂੰ ਪਹਿਲਾਂ ਲਿਜਾਇਆ ਗਿਆ ਔਰ ਮਹਿਲਾ ਅਧਿਆਪਕ ਜਿਹੜੇ ਨੇ ਉਹ ਇੱਥੇ ਜ਼ਿਆਦਾ ਗਿਣਤੀ ਵਿੱਚ ਮੌਜੂਦ ਸੀ, ਇਸ ਕਰਕੇ ਮਹਿਲਾ ਫੋਰਸ ਬੁਲਾਈ ਗਈ ਔਰ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਇੱਥੋਂ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਇਹਨਾਂ ਮਹਿਲਾ ਅਧਿਆਪਕਾਂ ਨੂੰ। ਇਹ ਤਸਵੀਰਾਂ ਇੱਕ ਇੱਕ ਕਰਕੇ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ, ਹਾਲਾਂਕਿ ਹਾਲੇ ਵੀ ਵਜਦ ਨੇ ਹਟਣ ਨੂੰ ਤਿਆਰ ਨਹੀਂ ਨੇ ਇਹ ਅਧਿਆਪਕ। ਤਾਂ ਇਹ ਤਸਵੀਰ ਤੁਹਾਡੇ ਸਾਹਮਣੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਚੁੱਕ ਕੇ ਇੱਥੋਂ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ। ਮਹਿਲਾ ਅਧਿਆਪਕ ਹਾਲੇ ਵੀ ਇਸ ਪ੍ਰਦਰਸ਼ਨ ਤੋਂ ਹਟਣ ਨੂੰ ਤਿਆਰ ਨਹੀਂ। ਤਾਂ ਇਹ ਤਸਵੀਰਾਂ ਕਿ ਕਿਸ ਤਰ੍ਹਾਂ ਇੱਥੋਂ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਇਹਨਾਂ ਅਧਿਆਪਕਾਂ ਨੂੰ ਔਰ ਇੱਕ ਇੱਕ ਕਰਕੇ ਪੁਲਿਸ ਦੀ ਗੱਡੀ ਦੇ ਵਿੱਚ ਬਿਠਾਇਆ ਜਾ ਰਿਹਾ ਤਾਂ ਕਿ ਮੰਤਰੀ ਦੇ ਘਰ ਦੇ ਬਾਹਰੋਂ ਇਹ ਧਰਨਾ ਖਤਮ ਕੀਤਾ ਜਾ ਸਕੇ। ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ, ਇੱਕ ਇੱਕ ਕਰਕੇ ਇੱਥੋਂ ਇਹਨਾਂ ਨੂੰ ਹਟਾਇਆ ਜਾ ਰਿਹਾ, ਹਾਲੇ ਵੀ ਵਜਦ ਨੇ ਨਾਅਰੇਬਾਜ਼ੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿ ਅਸੀਂ ਇੱਥੋਂ ਨਹੀਂ ਹਟਾਂਗੇ। ਤਾਂ ਅਧਿਆਪਕ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਤਾਂ ਤੁਹਾਨੂੰ ਹਿਰਾਸਤ ਦੇ ਵਿੱਚ ਲਿਆ ਗਿਆ।
ਨਾਰੇਬਾਜ਼ੀ ਕੀਤੀ ਜਾ ਰਹੀ ਹੈ। ਇਹ ਤਸਵੀਰਾਂ ਇੱਕ ਇੱਕ ਕਰਕੇ ਰਸਤੇ ਵਿੱਚ ਲਿਆ ਜਾ ਰਿਹਾ। ਕਈ ਬਜ਼ੁਰਗ ਵੀ ਨਾਲ ਨੇ, ਜਿਹੜੇ ਮਾਪੇ ਨੇ ਇਹਨਾਂ ਅਧਿਆਪਕਾਂ ਦੇ। ਤਾਂ ਇੱਕ ਬਜ਼ੁਰਗ ਮਾਤਾ ਮਾਤਾ ਜੀ, ਤੁਸੀਂ ਕਿਹਦੇ ਨਾਲ ਆਏ ਹੋ? ਮੈਂ ਮੇਰੀ ਕੁੜੀ ਹੈ, ਮੇਰੀ ਕੁੜੀ ਇੱਜ਼ਤ ਰੋਟੀ ਇਹਨਾਂ ਨੇ, ਇਹ ਸਰਕਾਰ ਬੰਦੀ। ਤਾਂ ਇਹ ਬਜ਼ੁਰਗ ਮਾਤਾ ਆਪਣੀ ਧੀ ਦੇ ਨਾਲ ਇੱਥੇ ਪਹੁੰਚੀ ਹੈ ਪ੍ਰਦਰਸ਼ਨ ਕਰਨ ਦੇ ਲਈ ਜੀ। ਨਾਰੇਬਾਜ਼ੀ ਕੀਤੀ, ਤੁਹਾਡੀਆਂ ਮੁੱਖ ਮੰਗਾਂ ਕੀ ਨੇ ਜੀ? ਤਾਂ ਇਹ ਮਹਿਲਾ ਅਧਿਆਪਕ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ, ਇੱਕ ਇੱਕ ਕਰਕੇ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ। ਔਰ ਤਸਵੀਰਾਂ ਤੁਹਾਡੇ ਸਾਹਮਣੇ, ਹਲੇ ਵੀ ਬਜ਼ੁਰਗ ਨੇ ਹਲੇ ਵੀ ਹਟਣ ਨੂੰ ਤਿਆਰ ਨਹੀਂ। ਤਾਂ ਜੋ ਅਜਮਾਇਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਇਹਨਾਂ ਅਧਿਆਪਕਾਂ ਨੂੰ ਇੱਥੋਂ ਹਟਾਉਣ ਦੇ ਲਈ। ਛੋਟੇ ਛੋਟੇ ਬੱਚੇ ਵੀ ਨਾਲ ਨੇ, ਆਪਣੇ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਵੀ ਕਈ ਮਹਿਲਾ ਅਧਿਆਪਕ ਇਸ ਵੇਲੇ। ਤੁਸੀਂ ਆਪਣੇ ਛੋਟੇ ਜਿਹੇ ਬੱਚੇ ਨੂੰ ਵੀ ਨਾਲ ਲੈ ਕੇ ਉਸ ਵੇਲੇ ਪ੍ਰਦਰਸ਼ਨ ਦੇ ਵਿੱਚ ਆਏ ਹੋ? ਮੈਨੂੰ ਬਿਲਕੁਲ ਨਹੀਂ ਹੈਗਾ, ਕਿਉਂਕਿ ਇਹਨਾਂ ਲਈ ਹੀ ਅਸੀਂ ਇਹ ਸਭ ਕੁਝ ਕਰ ਰਹੇ ਹਾਂ। ਪਰ ਗੱਲ ਇਹ ਨਹੀਂ ਲੱਗਦਾ ਵੀ ਕਿਸੇ ਬੱਚੇ ਨੂੰ ਨੁਕਸਾਨ, ਤੁਹਾਡੀਆਂ ਮੁੱਖ ਮੰਗ ਕੀ ਹੈ? ਨੁਕਸਾਨ ਹੀ ਹੋ ਰਿਹਾ, ਹੁਣ ਕਿਹਾ ਸਾਡਾ ਭਲਾ ਹੋ ਰਿਹਾ, ਨੁਕਸਾਨ ਹੋ ਜਾਊਗਾ, ਇਹ ਤਾਂ ਗਲਤ ਨਹੀਂ ਹੈ। ਤੁਹਾਡੀ ਕੋਈ ਨਹੀਂ, ਠੀਕ ਹੈ, ਸਾਨੂੰ ਬਿਲਕੁਲ ਫਕਰ ਹੈ, ਆਪਣੇ ਬੱਚਿਆਂ ਲਈ ਜੀ ਰਹੇ ਹਾਂ। ਹਾਂ, ਪਰ ਤੁਹਾਡੀਆਂ ਮੁੱਖ ਮੰਗਾਂ ਕੀ ਨੇ ਜੀ? ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਵਜੇ ਤੋਂ ਪ੍ਰਦਰਸ਼ਨ ਦੇ ਲਈ? ਮੰਗਾਂ ਸਾਰੀਆਂ ਸਾਡੇ ਪ੍ਰਧਾਨ ਦੱਸ ਚੁੱਕੇ ਹੈ। ਇਹ ਅਧਿਆਪਕ ਨੇ ਜੀ ਆਪਣੇ ਬੱਚਿਆਂ ਸਮੇਤ ਇੱਥੇ ਪ੍ਰਦਰਸ਼ਨ ਕਰ ਰਹੇ ਨੇ। ਤਾਂ ਬੱਸ ਦੇ ਵਿੱਚ ਲਿਜਾਇਆ ਜਾ ਰਿਹਾ ਇਹਨਾਂ ਅਧਿਆਪਕਾਂ ਨੂੰ। ਤਾਂ ਇਹ ਤਸਵੀਰਾਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਘਰ ਦੇ ਬਾਹਰ ਦੀਆਂ। ਇਹ ਮੰਤਰੀ ਦੀ ਸਰਕਾਰੀ ਰਿਹਾਇਸ਼ ਹੈ ਔਰ ਇਸ ਰਿਹਾਇਸ਼ ਦੇ ਬਾਹਰ ਜਿਹੜੀਆਂ ਨੇ ਇਹ ਮਹਿਲਾ ਅਧਿਆਪਕ ਉਹ ਪ੍ਰਦਰਸ਼ਨ ਕਰ ਰਹੇ ਨੇ। ਤਾਂ ਇਹ ਤਸਵੀਰਾਂ ਪੰਜਾਬ ਦੇ ਕੈਬਨਿਟ ਮੰਤਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਘਰ ਦੇ ਬਾਹਰ ਦੀਆਂ ਨੇ, ਜਿੱਥੇ ਇਹ ਅਧਿਆਪਕ ਪ੍ਰਦਰਸ਼ਨ ਕਰ ਰਹੇ ਨੇ, ਈਟੀਟੀ ਅਧਿਆਪਕ ਨੇ। ਔਰ ਇਸ ਬੱਸ ਦੇ ਰਾਹੀਂ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਇਸ ਬੱਸ ਦੇ ਰਾਹੀਂ ਲਿਜਾਇਆ ਜਾ ਰਿਹਾ ਇੱਥੋਂ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ। ਹਾਲਾਂਕਿ ਜ਼ਿਆਦਾਤਰ ਅਧਿਆਪਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ, ਪਰ ਕਈ ਅਧਿਆਪਕ ਹਾਲੇ ਵੀ ਬਜ਼ੁਰਗ ਨੇ। ਇਹ ਤਸਵੀਰ ਤੁਹਾਡੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਪ੍ਰਦਰਸ਼ਨ ਕੀਤਾ ਜਾ ਰਿਹਾ। ਹਾਲੇ ਵੀ ਹਟਣ ਦੇ ਲਈ ਤਿਆਰ ਨਹੀਂ ਹੈ ਕੁਝ ਅਧਿਆਪਕ। ਤਾਂ ਕਿਤਨਾ ਕਿਤੇ ਸਖਤੀ ਦਿਖਾਉਂਦੇ ਹੋਏ ਜਿਹੜੀਆਂ ਮਹਿਲਾ ਮੁਲਾਜ਼ਮ ਸਖਤੀ ਦਿਖਾਉਂਦੇ ਹੋਏ। ਤਾਂ ਇਹ ਤਸਵੀਰ ਹਾਲੇ ਵੀ ਕਈ ਅਧਿਆਪਕ ਇੱਧਰ। ਤਾਂ ਇਹ ਤੁਸੀਂ ਦੇਖੋ ਜਿਵੇਂ ਹਾਲੇ ਵੀ ਜਿਹੜਾ ਹੈਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼, ਪਰ ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਕਿ ਤੁਹਾਨੂੰ ਇੱਥੋਂ ਹਟਾਇਆ ਜਾਣਾ ਹੈ। ਕਹਿੰਦੇ ਨੇ ਕਿ ਜਦੋਂ ਸਮਾਂ ਮਿਲੇਗਾ ਉਦੋਂ ਤੁਹਾਡੀ ਮੀਟਿੰਗ ਜਿਹੜੀ ਉਹ ਹੋਵੇਗੀ, ਪਰ ਹਾਲ ਫਿਲਹਾਲ ਦੀ ਘੜੀ ਇਹ ਤਸਵੀਰਾਂ ਨੇ ਇੱਥੋਂ ਇਹਨਾਂ ਸਾਰੇ ਅਧਿਆਪਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਔਰ ਇੱਥੋਂ ਸੈਕਟਰ 3 ਥਾਣੇ ਲਿਜਾਇਆ ਜਾਣਾ ਇਹਨਾਂ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ। ਤਾਂ ਇਹ ਤਸਵੀਰਾਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਘਰ ਦੇ ਬਾਹਰ ਦੀਆਂ। ਕੈਮਰਾਮੈਨ ਰਜਿੰਦਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18, ਚੰਡੀਗੜ੍ਹ।